ਕਿਉਂਕਿ ਆਪ ਉੱਥੋਂ ਗਏ ਆ, ਸੁਣੇ ਆ, ਮਿਲੇ ਆ ਲੋਕਾਂ ਨੂੰ ਅਤੇ ਲੋਕਾਂ ਦੀ ਭਾਵਨਾ ਸੁਣੀ ਹੈ। ਇਹਨਾਂ ਨੂੰ ਤਾਂ ਕੋਈ ਸੁਣਨ ਦੀ ਲੋੜ ਨਹੀਂ, ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਅਫਸਰਾਂ ਦੇ ਛੱਡਿਆ, ਗੱਡੀ ਰਿਮੋਟ ਕੰਟਰੋਲ ਕਰਕੇ ਛੱਡਤੀ ਹੈ, ਉਹਨੂੰ ਪਤਾ ਕਿ 5 ਸਾਲ ਚੱਲੀ ਰਹਿਣੀ ਹੈ। ਖਾਲਸਾ ਜੀ ਆਹ ਦੇਖੋ, ਆ ਸੋਚਦੇ ਹੈ ਕਿ ਅਸੀਂ ਜਿੰਨਾ ਧੱਕਾ ਕਰਾਂਗੇ ਉਨੇ ਲੋਕੀ ਜੁੜਨਗੇ। ਹੁਣ ਤਾਂ ਜਨਤਾ ਚੁੱਪ ਹੈ ਕਿਉਂਕਿ ਰਾਜ ਤੁਹਾਡਾ ਹੈ। ਦੇਖਿਓ ਦੇਖਿਓ ਕਿਵੇਂ ਜਿਵੇਂ ਦਿਨ ਨੇੜੇ ਆਏ ਨਾ, ਇਹਨਾਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਗੇ ਲੋਕੀ ਕਾਂਗਰਸੀਆਂ ਨੂੰ। ਹੁਣ ਕੀ ਕਰ ਰਿਹਾ ਮਨੇਗਾ ਜਿਹੜੀ ਹੈਗਾ ਆਪਣਾ, ਸੈਂਟਰ ਤੋਂ ਅਸੀਂ ਟੀਮ ਭੇਜੀ ਹੈ, MLA ਨਾਲ ਰਲੇ ਹੈ। ਦੇਖੋ ਮਰਿਆਂ ਨੂੰ ਮਨਰੇਗਾ ਦਾ ਪੈਸਾ ਭੇਜੀ ਜਾਂਦੇ ਹੈ। ਗਿੱਦੜਵੇ ਹਲਕੇ ਵਿੱਚ ਤੁਸੀਂ ਮੈਂ ਕਹਿੰਦਾ 10-15 ਦਾ ਚੈੱਕ, 15 ਪਿੰਡਾਂ ਦਾ ਉਹਨਾਂ ਨੇ ਚੈੱਕ ਕੀਤਾ, ਮਰੇ ਬੰਦਿਆਂ ਨੂੰ ਨਰੇਗਾ ਮਿਲੀ ਜਾਂਦੀ ਹੈ। ਸਰਪੰਚ ਉਹਨਾਂ ਦੇ ਕਾਂਗਰਸੀ ਤੇ MLA ਤੇ ਵੀਡੀਓ ਨਾਲ ਮਲਲ ਕੇ ਸਾਰੇ ਲੱਗੇ ਆ। ਤੁਸੀਂ ਫਰੀਦਕੋਟ ਜਾ ਕੇ ਦੇਖੋ ਕਿੰਨਾ ਵੱਡਾ ਕਬਲਾ, ਤੁਹਾਡੇ ਜ਼ਿਲ੍ਹਿਆਂ 'ਚ ਕਬਲੇ ਆ। ਤੇ ਦੂਜੀ ਗੱਲ, ਜਿਹੜੇ ਕਹਿੰਦੇ ਅਕਾਲੀ ਦਲ ਦੇ ਵਰਕਰ ਆ ਉਹਨਾਂ ਨੂੰ ਨਰੇਗੇ ਦੀ ਲਿਸਟ 'ਚ ਨਹੀਂ ਪਾਉਣਾ। ਮੈਂ ADC ਸਾਹਿਬ ਨੂੰ ਕਹਿਣਾ ਚਾਹੁੰਦਾ, ADC ਸਾਹਿਬ ਨੂੰ ਆ ਸਾਰੀ ਚੀਜ਼ਾਂ ਦਾ ਹਿਸਾਬ ਹੋਊਗਾ, ਤੁਹਾਨੂੰ ਦੇਣਾ ਪੈਣਾ ਹੈ। ਪਹਿਲੇ ਸਭ ਤੋਂ ਪਹਿਲੇ ਡੀ ਸਾਹਿਬ ਤੁਹਾਨੂੰ ਦੇਣਾ ਪੈਣਾ, ਜਿਹੜੇ ਤੁਸੀਂ ਆ ਜਿਹੜੇ ਕਾਂਗਰਸ ਦੇ ਰਲ ਕੇ ਤੁਸੀਂ ਉਹਨਾਂ ਦੇ ਧੱਕੇ ਕਰ ਰਹੇ ਹੋ। ਅੱਜ ਜਿਹੜੇ SC ਬੱਚੇ ਆਪਣੇ, ਦੇਖੋ SC ਪਰਿਵਾਰਾਂ ਨੂੰ ਬੱਚਿਆਂ ਨੂੰ ਅਸੀਂ ਵਜ਼ੀਫਾ ਦਿੰਦੇ ਸੀ, 600 ਕਰੋੜ ਰੁਪਇਆ ਸਾਲ ਦਾ ਅਸੀਂ SC ਬੱਚਿਆਂ ਨੂੰ ਕਾਲਜ ਪੜ੍ਹਨ ਵਾਸਤੇ ਦਿੰਦੇ ਹੁੰਦੇ ਸੀ। ਮੈਨੂੰ ਯਾਦ ਹੈ ਜੋ ਪਹਿਲੀ ਵਾਰ ਸਰਕਾਰ ਆਈ ਤਕਰੀਬਨ 50 ਕਰੋੜ ਸੀ। ਫਿਰ ਅਸੀਂ ਆਨਲਾਈਨ ਕੀਤਾ, ਕਾਲਜਾਂ 'ਚ ਮੀਟਿੰਗਾਂ ਕੀਤੀਆਂ, ਅਸੀਂ ਕਿਹਾ ਪੰਜਾਬ ਹਿੰਦੁਸਤਾਨ ਵਿੱਚ ਜੇ ਸਭ ਤੋਂ ਵੱਧ SC ਕਿਸੇ ਸੂਬੇ 'ਚ ਹੈ ਉਹ ਪੰਜਾਬ 'ਚ SC ਪਰਿਵਾਰ ਹੈ। ਉਹਨਾਂ ਨੂੰ ਮੁਫ਼ਤ ਪੜ੍ਹਾਈ ਦੇਣ ਦੀ ਸਕੀਮ, ਪਹਿਲੇ ਕੋਈ ਪੈਸਾ ਨਹੀਂ ਦਿੰਦੇ ਹੁੰਦੇ ਸੀ, ਅਸੀਂ ਮਗਰ ਲੱਗ ਕੇ 50 ਕਰੋੜ ਤੋਂ ਵਧਾ ਕੇ 600 ਕਰੋੜ ਰੁਪਇਆ ਸਾਲ ਦਾ ਲੈ ਗਏ। ਤਕਰੀਬਨ 1-1.5 ਲੱਖ ਬੱਚਿਆਂ ਨੂੰ ਕਾਲਜਾਂ 'ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪਰ ਜਦੋਂ ਦਾ ਕੈਪਟਨ ਆਇਆ ਪੈਸੇ ਹੀ ਦੇਣਾ ਬੰਦ ਕਰਤਾ। ਅੱਜ ਉਹ ਬੱਚੇ ਜਿਹੜਾ BA ਦੇ 2 ਸਾਲ ਪੂਰੇ ਹੋ ਗਏ ਸੀ, 1 ਸਾਲ ਰਹਿ ਗਿਆ, ਵਿਚਾਰੇ ਐਡਮਿਸ਼ਨ ਨਹੀਂ ਲੈ ਸਕੇ ਕਿਉਂਕਿ ਪੈਸਾ ਕੈਪਟਨ ਨੇ ਦਿੱਤਾ ਹੀ ਨਹੀਂ। ਹਰ ਚੀਜ਼, ਜੋ ਚੀਜ਼ਾਂ ਲੈ ਲਓ, ਹਰ ਚੀਜ਼ ਵਿੱਚ ਹੀ ਰੁਕਾਵਟ ਹੀ ਰੁਕਾਵਟ ਹੀ ਰੁਕਾਵਟ ਹੈ। ਆ ਜਿਹੜੇ ਆਪਣੇ ਨੀਲੇ ਕਾਰਡ ਹੈ, ਮੈਨੂੰ ਸਾਰੇ ਵਰਕਰ ਦੱਸ ਰਹੇ ਸੀ, ਮੈਂ ਆਪਣੇ ਉੱਧਰ ਵੀ ਆਇਆ ਫਾਜ਼ਿਲਕਾ ਵੀ ਦੱਸ ਰਹੇ ਸੀ, ਹੁਣ ਸਰਪੰਚ ਬਣਾਉਣ ਦੀ ਡਿਊਟੀ ਲਾਦੀ, ਸਰਪੰਚ ਬਣਾਉਣਗੇ। ਜਿਹੜਾ ਅਕਾਲੀ ਦਲ ਨੂੰ ਵੋਟ ਪਾਉਂਦਾ ਉਹਦਾ ਨੀਲਾ ਕਾਰਡ ਨਹੀਂ ਬਣੂਗਾ, ਜਿਹੜਾ ਕਾਂਗਰਸ ਨੂੰ ਵੋਟ ਪਾਉਂਦਾ ਜੇ ਸਰਪੰਚ ਨੂੰ ਮਿੰਨਤਾਂ ਕਰਦਾ ਉਹਦਾ ਨੀਲਾ ਕਾਰਡ ਬਣੂਗਾ। ਆ ਜਿਹੜੀ ਕਣਕ ਹੈ ਆ ਵੀ ਮੋਦੀ ਸਾਹਿਬ ਭੇਜ ਰਹੇ ਹੈ, ਜਿਵੇਂ ਨਰੇਗਾ ਦਾ ਸਕੈਮ ਫੜਿਆ ਨਾ ਉਵੇਂ ਹੀ ਨੀਲੇ ਕਾਰਡ। ਮੈਂ ਕਹਿੰਦਾ ਜਿਹੜੇ ਜਿਹੜੇ ਸਰਪੰਚ ਸਾਹਿਬ ਜਾਂ ਆਪਣੇ ਪਿੰਡ ਦੇ ਮੋਤਵਾਰ ਤੁਸੀਂ ਬੈਠੇ ਹੋ,
ਤੁਸੀਂ ਆਪਣੇ MLA ਸਭਾ ਨੂੰ ਜਾਂ ਆਪਣੇ ਲੀਡਰ ਸਾਹਿਬਾਨ ਜਿਹੜੇ ਹੈਗੇ ਆਪਣੇ ਇਲਾਕੇ ਦੇ, ਤੁਸੀਂ ਉਹ ਆਪਣੇ ਜਿਹੜੇ ਜਿਹੜੇ ਪਿੰਡ 'ਚ ਨੀਲੇ ਕਾਰਡ ਨਹੀਂ ਹੈ ਬਣਾ ਰਹੇ, ਤੁਸੀਂ ਇਕੱਠੇ ਕਰਕੇ ਲਿਸਟਾਂ ਬਣਾ ਲਓ, DC ਸਾਹਿਬ ਦੇ ਸਾਹਮਣੇ ਲਿਆਓ। ਜੇ ਨਹੀਂ ਬਣਾਉਂਦੇ ਫਿਰ ਸੈਂਟਰ ਖਿੱਚ ਸਕਦਾ ਇਹਨਾਂ ਨੂੰ, ਕਿਉਂਕਿ ਆ ਜਿਵੇਂ ਹੁਣ ਜਦੋਂ ਦੀ ਰੇਡ ਪਵਾਈ ਅਸੀਂ ਫਰੀਦਕੋਟ ਦੇ ਗਿੱਦੜਵੇ ਇਲਾਕੇ 'ਚ, ਹੁਣ ਅਫਸਰ ਭੱਜੇ ਫਿਰਦੇ ਆ, ਦੱਸੋ ਕਿਹਦਾ ਨਰੇਗਾ ਦਾ ਨਾਂ ਰਹਿ ਗਿਆ, ਕਿਹਦਾ ਰਹਿ ਗਿਆ। ਇਹਨਾਂ ਤੋਂ ਡਰਨ ਦੀ ਲੋੜ ਨਹੀਂ ਯਾਰ, ਜਿਹੜੇ ਆਪਣੇ ਵਰਕਰਾਂ ਦੇ ਜੇ ਨਹੀਂ ਵੀ ਬਣਾਉਂਦੇ ਨਾ, 2 ਸਾਲ ਬਾਅਦ ਪੂਰੇ ਕਰ ਦਾਂਗੇ, ਜਿੰਨੀਆਂ ਬੋਰੀਆਂ ਨਹੀਂ ਦਿੱਤੀਆਂ ਕਣਕ ਦੀਆਂ ਉਨੀਆਂ ਵੱਧ ਦੇ ਦਾਂਗੇ। ਗੱਲ ਅੱਛਾ, ਜਿਹੜੇ ਕੋਈ ਆਪਣੇ ਸਰਪੰਚ ਬਣੇ ਆ, ਬਾਕੀ ਤਾਂ ਮੈਨੂੰ ਲੱਗਦਾ ਕਾਗਜ਼ ਦਾ ਇਰਾਦਾ ਹੀ ਕਰਤੇ ਸੀ, ਮੈਨੂੰ ਲੱਗਦਾ ਤੁਹਾਡੇ ਦੇ ਇੱਥੇ ਹੈ ਜਿਹੜੇ ਬਣੇ ਆ, ਉਹ ਯਾਰ ਗਰੰਟਾਂ ਮੰਗਣ ਦੀ ਲੋੜ ਨਹੀਂ। ਕੀ ਦੇ ਦੇਣਗੇ? 50,000 ਦੇ ਦੇਣਗੇ ਤੁਹਾਨੂੰ, 1,00,000 ਦੇ ਦੇਣਗੇ? ਆਪਾਂ 2 ਸਾਲ 2.5 ਸਾਲ ਰਹਿ ਗਏ, ਤੁਸੀਂ ਦੇਖੋ ਕਰੋੜਾਂ ਰੁਪਈਆ ਤੁਹਾਨੂੰ ਭੇਜਾਂਗੇ। ਪੈਸੇ ਦੀ ਕਮੀ ਪੰਜਾਬ 'ਚ ਨਹੀਂ ਹੈ, ਪੈਸੇ ਦੀ ਕੋਈ ਕਮੀ ਨਹੀਂ, ਆ ਕਾਂਗਰਸੀਆਂ ਦੀ ਨੀਅਤ ਦੀ ਕਮੀ ਹੈ, ਦਿਮਾਗ ਦੀ ਕਮੀ ਹੈ, ਜਿਹਦੇ ਕਰਕੇ ਪੰਜਾਬ 'ਚ ਦੀ ਤਰੱਕੀ ਨਹੀਂ ਹੋ ਰਹੀ। ਅੱਜ ਆਪਾਂ ਸਾਰੇ ਇਕੱਠੇ ਹੋ ਧਰਨਾ ਦੇਣ ਵਾਸਤੇ, ਸਭ ਤੋਂ ਪਹਿਲੇ ਮੈਂ ਜਹਿਜ਼ਦਾਰ ਜੀ ਤੁਹਾਨੂੰ ਵਧਾਈ ਦੇਣਾ ਚਾਹੁੰਦਾ। ਜਹਿਜ਼ਦਾਰ ਜੀ ਨੇ ਕਿਹਾ, ਸਾਡੀ ਮੀਟਿੰਗ ਚੱਲ ਰਹੀ ਸੀ ਕਿ ਇੰਨਾ ਜ਼ੁਲਮ ਪੰਜਾਬ 'ਚ ਹੋ ਰਿਹਾ, ਮੈਂ ਪਰਨਾ ਦੇਣਾ ਹੀ ਦੇਣਾ। ਜਹਿਜ਼ਦਾਰ ਜੀ ਨੇ ਕਿਹਾ ਜੇ 10,000 ਤੋਂ ਘੱਟ, ਸਾਡੀ ਮੀਟਿੰਗ 'ਚ ਹੋ ਗਈ ਸੀ, ਮੀਟਿੰਗ ਬੈਠੇ ਸੀ ਕੋਰ ਕਮੇਟੀ ਦੀ, ਕਹਿੰਦੇ 10,000 ਤੋਂ ਘੱਟ ਬੰਦਾ ਹੋਇਆ ਮੈਂ ਸਿਆਸਤ ਛੱਡ ਦੂੰਗਾ। ਜਹਿਜ਼ਦਾਰ ਜੀ ਤੁਸੀਂ ਤਾਂ ਰਿਕਾਰਡ ਤੋੜਤਾ। ਮੈਂ ਸਾਰੇ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਾ, ਭਾਵੇਂ ਸਰਕਾਰ ਨਹੀਂ ਹੈ ਪਰ ਹੌਸਲੇ ਤੁਹਾਡੇ ਪੂਰੇ ਬੁਲੰਦ ਹੈ, ਸਾਰੇ ਕਾਇਮ ਹੋ ਤੁਸੀਂ। ਆ ਦਿਨ ਤਾਂ ਮਿੰਟਾਂ 'ਚ ਟੱਪ ਜਾਂਦੇ ਆ, ਦੇਖੋ ਗੱਲਾਂ ਗੱਲਾਂ 'ਚ ਤਾਂ 2.5 ਸਾਲ ਟੱਪ ਗਏ, ਗੱਲਾਂ ਗੱਲਾਂ 'ਚ ਟੱਪ ਗਏ ਨਾ, ਅਤੇ ਪਰ ਗੱਲਾਂ ਗੱਲਾਂ 'ਚ ਹੋਰ 2 ਸਾਲ ਟੱਪ ਜਾਣੇ, ਅਤੇ ਫਿਰ ਨਜ਼ਾਰੇ ਲਿਆ ਦਾਂਗੇ ਤੁਹਾਨੂੰ, ਮੈਂ ਤੁਹਾਨੂੰ ਦੱਸਾਂ ਨਜ਼ਾਰੇ ਲਿਆ ਦਾਂਗੇ। ਆ ਜਿਹੜਾ ਇਲਾਕਾ ਮੋਗੇ ਦਾ ਇਲਾਕਾ ਹੈ, ਇਸ ਇਲਾਕੇ ਨਾਲ ਮੇਰਾ ਦਿਲੋਂ ਲਗਾਅ ਹੈ, ਮੈਂ ਆਪਣਾ ਸਿਆਸੀ ਜੀਵਨ ਇੱਥੋਂ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਲੈਕਚਰ ਵੀ ਇੱਥੇ ਹੀ ਮੈਂ ਸਿੱਖਿਆ ਸੀ, ਮੈਨੂੰ ਪਤਾ ਰਾਤ ਨੂੰ ਅਗਲੇ ਦਿਨ ਕਹਿਤਾ ਲੈਕਚਰ ਦੇਣਾ, ਮੇਰੀ ਲੱਤਾਂ ਕੰਬੀ ਜਾਣ। ਫਿਰ ਜਹਿਜ਼ਦਾਰ ਜੀ ਦੇ ਘਰੇ ਸੀ, ਮੈਨੂੰ ਯਾਦ ਹੈ, ਮੈਂ ਪੁੱਛਿਆ ਬੋਲਣਾ ਕੀ ਹੈ, ਉਹ ਕਹਿੰਦਾ ਥੋੜ੍ਹਾ ਜਿਹਾ ਬੋਲੀ, ਕੁਛ ਮਰਜ਼ੀ ਬੋਲੀ, ਕਿਰਾ ਹੌਸਲੇ ਨਾਲ ਖੜ ਜਾ। ਮੈਂ ਕਹਿੰਦਾ ਸਾਰਾ ਸਿਆਸੀ ਜੀਵਨ ਇੱਥੋਂ ਸ਼ੁਰੂ ਕੀਤਾ, ਮੈਨੂੰ ABC ਸਿਆਸਤ ਦੀ ਇੱਥੋਂ ਮੈਂ ਸਿੱਖੀ ਹੈ। ਮੈਂ ਬਹੁਤ ਇੱਥੇ ਬਜ਼ੁਰਗ ਬੈਠੇ ਹੋਣੇ ਜਿਹੜੇ ਮੇਰੇ ਨਾਲ ਉਸ ਟੀਮ 'ਚ, ਅਸੀਂ ਪਿੰਡ ਪਿੰਡ ਜਾਂਦੇ, ਅਤੇ ਤੁਸੀਂ ਦੇਖਿਆ ਹੋਣਾ ਬੜਾ ਮੈਂ ਪਿਆਰ ਨਾਲ ਇੱਥੇ ਸੇਵਾ ਵੀ ਬੜੀ ਕੀਤੀ। ਔਰ ਜਿੰਨੇ ਵੀ ਇੱਥੇ ਡਿਵੈਲਪਮੈਂਟ ਆ, ਤੁਸੀਂ ਦੇਖ ਲਓ ਜਿੰਨੇ ਵੀ ਗ੍ਰਿਡ ਬਣੇ ਆ, ਜਿੰਨੇ ਵੀ ਇੱਥੇ ਉਦੋਂ ਸਟੇਡੀਅਮ ਬਣੇ ਆ, ਉਦੋਂ ਹੀ ਬਣੇ ਆ ਜਿੱਥੇ ਆਪਣਾ ਨੀਂਹ ਪੱਥਰ ਦੇਖ ਲਿਓ ਲਿਖਿਆ ਹੋਣਾ ਸੁਖਬੀਰ ਸਿੰਘ ਬਾਦਲ MP। ਜੋ ਵੀ ਅਸੀਂ ਜਦੋਂ ਸਰਕਾਰ 'ਚ ਆਉਣੇ ਹਾਂ, ਅਸੀਂ ਸੇਵਾ ਕਰਨ ਵਾਸਤੇ ਆਉਣੇ ਹਾਂ। ਅਕਾਲੀ ਦਲ ਦਾ ਜਿਹੜਾ ਸਲੋਗਨ ਹੈ, ਰਾਜ ਨਹੀਂ ਸੇਵਾ। ਜੋ ਵੀ ਸਹੂਲਤਾਂ ਅੱਜ ਗਰੀਬ ਨੂੰ, ਕਿਸਾਨ ਨੂੰ, ਵਪਾਰੀ ਨੂੰ ਮਿਲ ਰਹੀਆਂ, ਭਾਵੇਂ ਆਪਣੀ ਸਰਕਾਰ ਨਹੀਂ ਹੈ, ਸਾਰੀਆਂ ਹੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ।
ਇੱਕ ਵੀ ਨਵੀਂ ਸਹੂਲਤ ਕਾਂਗਰਸ ਦੀ ਨਹੀਂ ਹੈ ਪੂਰੇ ਦੇਸ਼ ਵਿੱਚ, ਇੱਕ ਵੀ ਚੀਜ਼ ਨਹੀਂ ਹੈ। ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਪੰਜਾਬ 'ਚ, ਮੈਂ ਕਹਿ ਸਕਦਾ ਜਿੰਨੇ ਵੀ ਥਰਮਲ ਪਲਾਂਟ ਪੰਜਾਬ 'ਚ ਬਣੇ ਆ ਬਾਦਲ ਸਾਹਿਬ ਨੇ ਬਣਾਏ ਆ, ਜਿੰਨੇ ਵੀ ਏਅਰਪੋਰਟ ਬਣੇ ਆ ਬਾਦਲ ਸਾਹਿਬ ਨੇ ਬਣਾਏ ਆ, ਆ ਜਿੰਨੇ ਵੀ 4 ਲੇਨ ਦੀਆਂ 6 ਲੇਨ ਦੀਆਂ ਸੜਕਾਂ ਬਾਦਲ ਸਾਹਿਬ ਨੇ ਬਣਾਈਆਂ, ਜਿੰਨੇ ਵੀ ਪਿੰਡਾਂ ਵਿੱਚ ਤੁਸੀਂ ਧਰਮਸ਼ਾਲਾ ਹੈ, ਸਾਰੀਆਂ ਚੀਜ਼ਾਂ ਬਾਦਲ ਸਾਹਿਬ ਨੇ ਕੈਬਨਿਟ ਪਹਿਲੀ ਸਰਕਾਰ 'ਚ ਫੈਸਲਾ ਕਰਕੇ ਆ ਸ਼ੁਰੂ ਕੀਤੀਆਂ ਸਰਕਾਰੀ ਪੈਸੇ 'ਤੇ ਬੰਦ 'ਤੇ। ਪਹਿਲੇ ਜਿਹੜੀਆਂ ਧਰਮਸ਼ਾਲਾ ਸੀ ਉਹ ਸਰਕਾਰ ਨਹੀਂ ਬਣਾਉਂਦੀ ਹੁੰਦੀ ਸੀ, ਫਿਰ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਬਣੇ 77 'ਚ, ਉਹਨਾਂ ਨੇ 71 'ਚ ਉਹਨਾਂ ਨੇ ਫੈਸਲਾ ਕੀਤਾ ਕਿ ਗਰੀਬਾਂ ਦੀ ਜਗ੍ਹਾ ਚਾਹੀਦੀ ਹੈ ਜਿੱਥੇ ਉਹ ਬਹਿ ਕੇ ਆਪਣਾ ਕੋਈ ਵਿਆਹ ਸ਼ਾਦੀ ਜਾਂ ਕੋਈ ਪ੍ਰੋਗਰਾਮ ਕਰ ਸਕਣ, ਅਤੇ ਉਹਨਾਂ ਨੇ ਧਰਮਸ਼ਾਲਾ ਦਾ ਸਕੀਮ ਸ਼ੁਰੂ ਕੀਤੀ। ਤੁਸੀਂ ਦੇਖੋ ਛੋਟੀ ਛੋਟੀਆਂ ਚੀਜ਼ਾਂ, ਮੁੱਖ ਮੰਤਰੀ ਤੀਰਥ ਯਾਤਰਾ ਕਿਵੇਂ ਸ਼ੁਰੂ ਹੋਈ, ਮੈਨੂੰ ਯਾਦ ਹੈ ਕੈਬਨਿਟ ਮੀਟਿੰਗ ਸੀ ਸ਼ਾਮ ਨੂੰ, ਬਾਦਲ ਸਾਹਿਬ ਆਏ ਕਹਿਣ ਲੱਗੇ ਮੈਂ ਅੱਜ ਤਲਵੰਡੀ ਸਾਹਿਬ ਉਦੋਂ ਆਇਆ, ਮੇਰੇ ਕੋਲ ਮਾਈਆਂ ਆਈਆਂ, ਕਹਿਣ ਲੱਗੀਆਂ ਬਾਦਲ ਸਾਹਿਬ ਤੁਸੀਂ ਸਾਰਾ ਕੰਮ ਕਰਤਾ, ਸਾਰਾ ਇੱਕ ਕੰਮ ਕਰ ਦਿਓ। ਬਾਦਲ ਸਾਹਿਬ ਨੇ ਪੁੱਛਿਆ ਬੀਬੀ ਜੀ ਦੱਸੋ, ਕਹਿੰਦੇ ਜੀ ਸਾਨੂੰ ਮਰਨ ਤੋਂ ਪਹਿਲੇ ਅਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਸਾਡੇ ਕੋਲ ਪੈਸਾ ਹੈ ਨਹੀਂ। ਬਾਦਲ ਸਾਹਿਬ ਨੇ ਕਿਹਾ ਗੱਲ ਤਾਂ ਬਹੁਤ, ਹਰ ਬੰਦਾ ਚਾਹੁੰਦਾ ਤੀਰਥ ਜਾਣ ਨੂੰ ਪਰ ਬਹੁਤ ਗਰੀਬ ਹੈ, ਵਿਚਾਰੇ ਕੋਲ ਪੈਸਾ ਨਹੀਂ ਹੈ, ਅਤੇ ਬਾਦਲ ਸਾਹਿਬ ਨੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕਰ ਦਿੱਤੀ। ਇੰਨੀ ਛੋਟੀ ਛੋਟੀ ਚੀਜ਼ਾਂ ਦੀ ਸੋਚ ਲੈ ਕੇ ਤੁਸੀਂ ਦੇਖ ਲਓ, ਜਿੰਨੇ ਵੀ ਆਪਣੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਆਪਣੇ ਗਏ ਹੈ, ਸਾਰਿਆਂ ਨੂੰ ਖੂਬਸੂਰਤ ਬਣਾਇਆ। ਸ਼੍ਰੀ ਆਨੰਦਪੁਰ ਸਾਹਿਬ ਦੀ ਇੱਕ ਇੱਕ ਡਿਵੈਲਪਮੈਂਟ, ਸੜਕ ਤੋਂ ਲੈ ਕੇ ਪਾਣੀ ਤੋਂ ਲੈ ਕੇ ਸਾਰੀ ਸਫਾਈ ਤੋਂ ਲੈ ਕੇ ਸਾਰੇ ਉੱਥੇ ਸਟੇਡੀਅਮ ਤੋਂ ਲੈ ਕੇ ਜਿੰਨਾ ਵੀ ਸ਼੍ਰੀ ਆਨੰਦਪੁਰ ਸਾਹਿਬ 'ਚ ਕੰਮ ਹੋਇਆ ਇਕੱਲੇ ਬਾਦਲ ਸਾਹਿਬ ਨੇ ਕੀਤਾ ਹੈ। ਤੁਸੀਂ ਤਲਵੰਡੀ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ ਚਲੇ ਜਾਓ, ਬੁਰਾ ਹਾਲ ਸੀ ਉਸ ਸ਼ਹਿਰ ਦਾ, ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਉਹਨੇ ਕਿਹਾ ਨਹੀਂ ਆਪਣਾ ਤਖ਼ਤ ਸਾਹਿਬ ਤਾਂ ਪਵਿੱਤਰ ਸਥਾਨ ਹੈ, ਕਰੋੜਾਂ ਰੁਪਏ ਲਾ ਕੇ ਸਜਾਇਆ। ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇਖੋ, ਜਿਹੜੀ ਆਪਾਂ ਹੈਰੀਟੇਜ ਚੀਜ਼ ਬਣਾਈ ਹੈ, ਬੜੇ ਸ਼ੌਂਕ ਨਾਲ ਸਤਿਕਾਰ ਨਾਲ ਅੱਜ ਉੱਥੇ ਚੀਜ਼ਾਂ ਬਣਾਈਆਂ, ਪਰ ਦੁੱਖ ਲੱਗਦਾ ਜਦੋਂ ਸਾਰਾ ਕੁਛ ਹੀ ਹੁਣ ਖੇਰੂ ਖੇਰੂ ਹੋ ਰਿਹਾ ਹੈ। ਅੱਜ ਜਿੱਥੇ ਦਰਬਾਰ ਸਾਹਿਬ ਆਪਾਂ ਜਾਂਦੇ ਹਾਂ ਬਾਹਰ, ਹੈਰੀਟੇਜ ਸਟਰੀਟ ਬਣਾਈ ਹੈ, ਮੈਂ ਪਿੱਛੇ ਜੇ ਮੈਂ ਹਰ ਮਹੀਨੇ ਜਾਂਦਾ ਕਿਉਂਕਿ ਸਾਡੀ ਲੜੀਵਾਰ ਉੱਥੇ ਖੰਡ ਪਾਠ ਸਾਹਿਬ 'ਤੇ ਭੋਗ ਪੈਂਦੇ, ਅਸੀਂ ਹਰ ਮਹੀਨੇ ਮੈਂ ਜਾਂਦਾ ਉੱਥੇ, ਅਤੇ ਮੈਂ ਦੇਖਿਆ ਉੱਥੇ ਹੁਣ ਸਫਾਈ ਖਤਮ ਹੋ ਗਈ, ਕੂੜਾ ਪਿਆ, ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਹੁਣ ਆ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੇਅਦਬੀ ਦੀ ਲੜਾਈ ਲੜ ਰਹੇ ਹਾਂ, ਬੇਅਦਬੀ ਸਭ ਤੋਂ ਵੱਧ ਕੀਤੀ ਇਹਨਾਂ ਨੇ, ਹੈ ਕੌਮ ਦੇ ਦੋਸ਼ੀ ਹੈ, ਆਪਾਂ ਉਹਨਾਂ ਨੂੰ ਬਖਸ਼ਤਾ। ਜਿਹੜੀ ਪਾਰਟੀ ਨੇ ਟੈਂਕਾਂ ਤੋਂ ਆਪਣਾ ਦਰਬਾਰ ਸਾਹਿਬ ਹਮਲਾ ਕੀਤਾ ਹੋਏ, ਇਹ ਤੋਂ ਵੱਡੀ ਬੇਅਦਬੀ ਕੀ ਹੈ? ਜਿਹੜੀ ਪਾਰਟੀ ਨੇ ਹਜ਼ਾਰਾਂ ਗੁਰੂ ਘਰਾਂ ਨੂੰ ਅੱਗ ਲਾਇਆ ਹੋਏ, ਉਹਨਾਂ ਨੂੰ ਆਪਾਂ ਬਖਸ਼ ਦਈਏ? ਮੈਂ ਪਹਿਲੇ ਵੀ ਕਿਹਾ ਸੀ ਜਿਹੜੇ ਬੇਅਦਬੀ ਕੀਤੀ ਹੈ, ਮੈਂ ਕਹਿੰਦਾ ਉਦੋਂ ਵੱਡੇ ਗੰਦੇ ਬੰਦੇ ਮੈਂ ਕਹਿੰਦਾ ਹੋ ਨਹੀਂ ਸਕਦੇ, ਉਹ ਸੱਚਾ ਸਿੱਖ ਨਹੀਂ ਹੋ ਸਕਦਾ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਤੇ ਮੈਂ ਤੁਹਾਡੇ ਸਾਹਮਣੇ, ਮੈਂ ਪਰਮਾਤਮਾ ਦੇ ਸਾਹਮਣੇ ਵੀ ਹਰ ਵਾਰ ਅਰਦਾਸ ਕਰਦਾ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ, ਉਹਨਾਂ ਖਾਨਦਾਨ ਖਤਮ ਹੋ ਜਾਏ, ਕਿਉਂਕਿ
ਜਿਹਦਾ ਬਖਸ਼ਿਆ ਨਹੀਂ ਜਾ ਸਕਦਾ। ਇਹਦੇ 'ਤੇ ਸਿਆਸਤ ਵੀ ਨਹੀਂ ਹੋਣੀ ਚਾਹੀਦੀ। ਆ ਜਿਹੜੇ ਬਰਗਾੜੀ ਬੈਠੇ ਸੀ, ਦਾਦੂਵਾਲ ਸਾਹਿਬ, ਮੰਡ ਸਾਹਿਬ, ਆ ਬੋਲਦੇ ਆ ਹੁਣ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਇਤਿਹਾਸ ਨੂੰ ਆਪਣੀ ਕਿਤਾਬਾਂ 'ਚੋਂ ਕੱਢ ਦਿੱਤਾ, ਕੀ ਆ ਬੋਲੇ? ਜਦੋਂ ਪਿੱਛੇ ਜੇ ਬੇਅਦਬੀ ਹੋਈ ਪਿਛਲੇ ਸਾਲ ਦੇ ਅੰਦਰ ਇੱਥੇ ਪੰਜਾਬ 'ਚ, ਕੀ ਆ ਬੋਲੇ? ਆ ਉਦੋਂ ਬੋਲਦੇ ਆ ਜਦੋਂ ਕੈਪਟਨ ਕਹਿੰਦਾ, ਉਦੋਂ ਚੁੱਪ ਹੁੰਦੇ ਆ ਜਦੋਂ ਕੈਪਟਨ ਕਹਿੰਦਾ। ਆਪਾਂ ਨੂੰ ਸਮਝ ਲੈਣਾ ਚਾਹੀਦਾ, ਅਕਾਲੀ ਦਲ 99 ਸਾਲ ਪੁਰਾਣੀ ਪਾਰਟੀ, ਅਗਲੇ ਸਾਲ 100 ਸਾਲ ਪੁਰਾਣੀ ਹੋ ਜਾਣੇ, ਅਗਲੇ ਸਾਲ 100 ਸਾਲ ਪੂਰੇ ਹੋ ਜਾਣੇ ਤੁਹਾਡੀ ਪਾਰਟੀ ਦੇ। ਮੈਂ ਹਰ ਸਟੇਜ ਤੇ ਕਹਿੰਦਾ, ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਹੈ, ਤੁਹਾਡੀ ਜਾਇਦਾਦ ਹੈ। ਇਸੇ ਕੌਮ ਨੂੰ ਤੇ ਪੰਜਾਬੀਆਂ ਨੂੰ, ਅਕਾਲੀ ਦਲ ਨੂੰ ਤਕੜਾ ਰੱਖਣਾ, ਮੈਂ ਕਹਿੰਦਾ ਬਹੁਤ ਹੀ ਜ਼ਰੂਰੀ ਹੈ। ਅਕਾਲੀ ਸ਼੍ਰੋਮਣੀ ਅਕਾਲੀ ਦਲ ਹੀ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਲੜਾਈ ਲੜਦਾ, ਜਿਹੜੀ ਸੋਚ ਪੰਜਾਬ ਪ੍ਰਤੀ ਹੈ, ਜਿਹਦੇ ਵਰਕਰਾਂ ਦੀ ਜਾਨ ਜਾ ਸਕਦੀ ਹੈ ਪੰਜਾਬ ਖਾਤਰ, ਕੌਮ ਖਾਤਰ, ਆ ਕਾਂਗਰਸੀਆਂ ਦੀ ਸੋਚ ਨਹੀਂ ਹੈ। ਮੈਂ ਕਹਿਣਾ ਚਾਹੁੰਦਾ, ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਅੱਜ ਦੇਖ ਲਓ ਉਹਦਾ ਭੁਗਤ ਰਿਹਾ ਕਾਂਗਰਸ, ਅੱਜ ਖਤਮ ਹੋ ਗਈ ਹੈ ਸਾਰੀ ਕਾਂਗਰਸ। ਮੈਨੂੰ ਲੱਗਦਾ ਅਗਲੇ ਸਾਲ 2 ਸਾਲ ਬਾਅਦ ਕਾਂਗਰਸ ਦੀ ਬਿਮਾਰੀ ਰਹਿਣੀ ਨਹੀਂ ਕਿ ਸਾਰੇ ਪੰਜਾਬ 'ਚ ਨਹੀਂ, ਪੂਰੇ ਹਿੰਦੁਸਤਾਨ 'ਚ ਖਤਮ ਹੋ ਜਾਣੀ ਹੈ। ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਅੱਜ ਤੁਸੀਂ ਇੱਥੇ ਆਏ ਹੋ। ਬੇਨਤੀ ਕਰਦਾ ਕਿ ਡਟ ਕੇ ਰਹੋ। ਅਸੀਂ ਪਾਰਟੀ ਤਰਫੋਂ ਅਸੀਂ ਇੱਕ ਕਮੇਟੀ ਬਣਾ ਦਿੱਤੀ ਹੈ ਭੁੰਦੜ ਸਾਹਿਬ ਦੀ ਅਗਵਾਈ 'ਤੇ, ਜਿੱਥੇ ਚੰਦੂ ਮਹਾਰਾਜ ਸਾਹਿਬ, ਜੱਦਾ ਤੋਤਾ ਸਿੰਘ ਜੀ, ਸਰ ਜਗਮੀਤ ਸਿੰਘ ਬਰਾੜ ਜੀ ਸਾਰੇ ਹੈਗੇ। ਜਿਹੜੀ ਕਮੇਟੀ ਤੁਹਾਡੇ ਹੁਣ ਜ਼ਿਲ੍ਹਿਆਂ ਜਾਊਗੀ, ਜੇ ਕਿਸੇ ਦੇ ਝੂਠਾ ਪਰਚਾ ਤੁਸੀਂ ਉਸ ਕਮੇਟੀ ਨੂੰ ਦੱਸ ਦਿਓ। ਅਸੀਂ ਲਿਸਟਾਂ ਬਣਾਉਣੀਆਂ ਜਿਹੜੀਆਂ ਅਸੀਂ ਇੱਕ ਸੰਭਾਲ ਕੇ ਰੱਖਣੀਆਂ, ਅਤੇ ਅਸੀਂ ਗਵਰਨਮੈਂਟ 'ਤੇ ਪ੍ਰੈਸ਼ਰ ਵੀ ਪਾਵਾਂਗੇ। ਦੂਜੀ ਗੱਲ, ਜੇ ਕੋਈ ਹੋਰ ਸਮੱਸਿਆ ਆਉਂਦੀ ਹੈ, ਤੁਹਾਡੇ ਕਾਰਡ ਨਹੀਂ ਬਣਦੇ, ਇਹ ਨਹੀਂ ਬਣਦੇ, ਤੁਸੀਂ ਉਸ ਕਮੇਟੀ ਥਲ ਲਿਆਓ, ਅਸੀਂ ਤੁਹਾਡੀ ਲੜਾਈ ਲੜਾਂਗੇ। ਅਤੇ ਮੈਂ ਅਫਸਰਾਂ ਨੂੰ ਅੱਜ ਕਹਿਣਾ ਚਾਹੁੰਦਾ, ਧੱਕੇ ਕਰਨੇ ਬੰਦ ਕਰ ਦਿਓ, ਜ਼ੁਲਮ ਕਰਨਾ ਬੰਦ ਕਰ ਦਿਓ, ਨਹੀਂ ਤਾਂ ਸਭ ਤੋਂ ਪਹਿਲੇ ਤੁਹਾਨੂੰ ਭੁਗਤਣਾ ਪੈਣਾ 3 ਸਾਲ ਬਾਅਦ। ਇੰਨਾ ਹੀ ਕਹਿ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।